ਵਿਦੇਸ਼ ਜਾਣ ਦੇ ਨਾਂ ਤੇ ਹਰ ਦਿਨ ਫਰੋਡ ਹੋ ਰਿਹਾ ਔਰ ਇਲਜ਼ਾਮ ਲੱਗਦੇ ਨੇ। ਚੰਡੀਗੜ੍ਹ ਸੈਕਟਰ 17 ਦਾ ਵਾਸਟ ਇਮੀਗ੍ਰੇਸ਼ਨ ਸੈਂਟਰ ਹੈ, SCO ਸੈਕਟਰ 17 ਦੇ 96 ਤੇ 97 ਚ ਹੈ। 5 ਤੋਂ 10 ਬੰਦੇ ਨੇ ਜਿਨ੍ਹਾਂ ਦੇ ਨਾਲ ਫਰੋਡ ਹੋਇਆ ਵਿਦੇਸ਼ ਜਾਣ ਨੂੰ ਲੈ ਕੇ। ਤੁਹਾਡੇ ਨਾਲ ਫਰੋਡ ਹੋਇਆ ਰਜਨੀਸ਼ ਜੀ, ਕੀ ਕਿਹੜੇ ਕਿਹੜੇ ਡਾਕੂਮੈਂਟ ਦਿੱਤੇ ਸੀ ਔਰ ਕੀ ਕਿਹਾ ਸੀਗਾ, ਕਿਵੇਂ ਸੰਪਰਕ ਚਾਹੀਦੀ, ਕਿੰਨੇ ਪੈਸੇ ਹੁਣ ਤੱਕ ਲੱਗੇ? ਇਹਨਾਂ ਜੀ ਸ਼ੁਰੂ ਮੈਂ ਹਮੇ ਇੱਕ ਫਲੋ ਚਾਰਟ ਪੰਜਾਬੀ ਬੋਲ, ਇਹਨਾਂ ਨੇ ਜੀ ਸ਼ੁਰੂ 'ਚ ਸਾਨੂੰ ਪਹਿਲਾਂ ਇੱਕ ਫਲੋ ਚਾਰਟ ਦਿਖਾਇਆ ਕਿ ਉਸ ਫਲੋ ਚਾਰਟ ਦੇ ਅਗੇਂਸਟ ਤੁਹਾਡੇ ਤੋਂ ਪੇਮੈਂਟਸ ਲਿੱਤੀ ਜਾਣਗੀਆਂ। ਪਹਿਲਾਂ ਇਹਨਾਂ ਨੇ ਲੋਇਰ ਅਸੈਸਮੈਂਟ ਦੇ ਨਾਮ ਤੋਂ ਲਿੱਤੀ, ਉਹ ਉਸ ਟਾਈਮ ਇਹਨਾਂ ਨੇ 30,000 ਲਿੱਤਾ ਜੀ। ਉਹਦੇ ਬਾਅਦ ਇਹਨਾਂ ਨੇ 4 ਲੱਖ ਰੁਪਏ ਲਿੱਤਾ ਜੀ, ਇੱਕ ਝੂਠੀ ਜੋਬ ਔਫਰ, ਕੈਨੇਡਾ ਦਾ ਕੋਈ ਹੋਸਪਿਟਲ ਸੀਗਾ ਉੱਥੇ ਦੀ ਝੂਠੀ ਜੋਬ ਔਫਰ ਇਹਨਾਂ ਨੇ ਸਾਨੂੰ ਦਿੱਤੀ, ਉਹਦੇ ਅਗੇਂਸਟ ਇਹਨਾਂ ਨੇ 4 ਲੱਖ ਰੁਪਏ ਲਿੱਤਾ। ਫਿਰ ਇਹਨਾਂ ਨੇ ਇੱਦਾਂ ਹੀ ਸਟੈਪ ਵਾਈਜ਼ ਅੱਗੇ ਜਾ ਕੇ 1 ਲੱਖ ਰੁਪਏ ਫਿਰ ਲਿੱਤਾ, ਤੇ 1 ਲੱਖ ਰੁਪਏ ਇਹਨਾਂ ਨੇ ਕਿਹਾ ਸੀ ਵੀਜ਼ਾ ਲੱਗਣ PR ਫਾਈਲ ਕੰਪਲੀਟ ਹੋਣ ਤੋਂ ਬਾਅਦ ਲੈਣਗੇ। ਸ਼ੁਰੂਆਤ ਕਦੋਂ ਹੋਈ ਔਰ ਕਿੰਨੇ ਪੈਸੇ ਟੋਟਲ ਹੁੰਦੇ? ਇਹ ਜੀ ਅਕਤੂਬਰ 2021 'ਚ ਸ਼ੁਰੂਆਤ ਹੋਈ ਸੀਗੀ। 3 ਸਾਲ ਹੋ ਗਏ ਜੀ, 2.5 ਸਾਲ ਹੋ ਗਏ, ਤਕਰੀਬਨ 5,30,000 ਜੀ ਮੇਰਾ ਜਾ ਚੁੱਕਿਆ। ਸਬੂਤ ਹੈ ਤੁਹਾਡੇ ਕੋਲ? ਸਾਰੇ ਪੇਮੈਂਟ ਹੈ ਜੀ, ਸਾਰੇ ਸਬੂਤ ਹੈ। ਕਹਿੰਦੇ ਕੀ ਨੇ ਹੁਣ, ਕਹਿੰਦੇ ਕੀ ਨੇ ਸਰ? ਹੁਣੇ ਪਿਛਲੇ 6 ਮਹੀਨੇ ਤੋਂ ਫੋਨ ਹੀ ਨਹੀਂ ਚੱਕ ਰਹੇ ਕਿਸੇ ਦਾ ਵੀ, ਨਾ ਇਹ ਫੋਨ ਚੱਕਦੇ ਹੈ ਨਾ ਇਹ ਕੋਈ ਰਿਪਲਾਈ ਕਰਦੇ ਹੈ। ਜੇ ਮੇਰੇ ਨਾਲ ਦੇ ਹੋਰ ਵੀ ਮੈਨੂੰ ਪਤਾ ਲੱਗਿਆ, 5-6 ਲੋਕ ਹੈਗੇ ਹੈ ਸਾਡੇ ਮੇਰੇ ਫਰੈਂਡ ਸਰਕਲ 'ਚ ਹੈਗੇ ਹੈ ਜਿਨ੍ਹਾਂ ਨੂੰ ਇਹਨਾਂ ਨੇ ਚੈੱਕ ਦਿੱਤਾ ਔਰ ਚੈੱਕ ਦੇਣ ਤੋਂ ਬਾਅਦ ਸਟੋਪ ਪੇਮੈਂਟ ਕਰਾ ਦਿੱਤੀ। ਕਿੰਨੇ ਲੋਕ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਠੱਗੀ ਤੁਹਾਨੂੰ ਲੱਗਦਾ ਹੈ ਮਾਰੀ ਹੈ? ਤੁਸੀਂ ਕਿੰਨੇ ਜਣੇ ਹੋ? ਅਲੱਗ ਅਲੱਗ ਕੇਸਿਸ ਹੈ ਸਾਰਿਆਂ ਦੇ? ਸਾਰਿਆਂ ਦੇ ਅਲੱਗ ਅਲੱਗ ਕੇਸਿਸ ਨੇ। ਕਿੰਨਾ ਪੈਸਾ ਹੋਏਗਾ ਟੋਟਲ ਜੀ? ਟੋਟਲ ਦੇਖੋ, ਮੈਂ ਪਿਛਲੇ ਤੋਂ ਪਿਛਲੇ ਹਫ਼ਤੇ ਆਇਆ ਸੀਗਾ, ਇੱਕ ਪਾਰਟੀ ਨੀਚੇ ਮਿਲੀ ਸੀਗੀ, ਉਹਨਾਂ ਨੇ ਇੱਥੇ FIR ਵੀ ਕਰਾਈ ਹੈ। ਇੱਕ ਉਹਨਾਂ ਦਾ ਇੱਕ ਪਾਰਟੀ ਦਾ 18 ਲੱਖ ਰੁਪਏ ਦੇਣਾ ਇਹਨਾਂ ਨੇ, ਇੱਕ ਪਾਰਟੀ ਦਾ ਇਹਨਾਂ ਨੇ 13 ਲੱਖ ਰੁਪਏ ਦੇਣਾ। 2 ਹਫ਼ਤੇ ਪਹਿਲਾਂ ਉਹਨਾਂ ਨੇ 17 ਸੈਕਟਰ FIR ਕਰਾਈ ਔਰ ਇੱਥੇ ਪੁਲਿਸ ਵੀ ਆਈ ਸੀਗੀ ਔਰ ਕਾਫ਼ੀ ਝਗੜਾ ਵਗੈਰਾ ਹੋਇਆ ਸੀ, ਇਹ ਬਾਊਂਸਰ ਬੁਲਾ ਲੈਂਦੇ ਆ ਆਪਣੇ ਤਾਂ ਜੀ। ਹਾਂ, ਇਹਦੀ ਅਸੀਂ ਪੁਲਿਸ ਕੰਪਲੇਂਟ ਪਾਈ ਹੈ, SSP ਮੈਡਮ ਨੂੰ ਪਾਈ ਹੈ ਤੇ ਅੱਗੇ ਮਤਲਬ ਹੋਰ ਵੀ ਕੰਸਰਨਡ ਆਫੀਸਰਸ ਨੂੰ। ਡਿਮਾਂਡ ਇਹ ਹੈ ਜੀ ਕਿ ਸਾਡਾ ਪੈਸਾ ਵਾਪਸ ਲਾਇਆ ਜਾਏ ਔਰ ਸਾਡੇ ਨਾਲ ਫਰੋਡ ਹੋ ਰਿਹਾ ਹੈ ਔਰ ਐਸੇ ਫਰੋਡ ਹੋਰ ਲੋਕਾਂ ਦੇ ਸਾਥ ਨਾ। ਤੁਸੀਂ ਬਾਹਰ ਜਾਣਾ ਸੀ ਜਾਂ ਤੁਹਾਡੇ ਘਰ ਚੁੱਕੇ? ਨਹੀਂ ਜੀ, ਮੈਂ ਆਪਣੀ ਵਾਈਫ ਦੀ PR ਦੀ ਫਾਈਲ ਲਾਈ ਸੀਗੀ ਜੀ। ਤੁਹਾਡਾ ਵੀ ਕੇਸ ਹੈ? ਹਾਂਜੀ ਸਾਡੇ। ਕੀ ਨਾਮ ਹੈ? ਗੌਰਵ ਗੌਤਮ। ਕਿੰਨੇ ਪੈਸੇ ਸੀਗੇ, ਕਦੋਂ ਪਾਏ ਗਏ ਸੀ? ਮੇਰੇ ਪੈਸੇ ਤਾਂ 3.5 ਲੱਖ ਦਿੱਤੇ ਸੀਗੇ ਮੈਮ ਉਦੋਂ ਜਦੋਂ ਗੱਲ ਹੋਈ ਸਾਡੀ, ਪਰ ਕਿਉਂਕਿ ਜਿਹੜਾ ਸਾਡਾ ਗਰੁੱਪ ਸੀ ਉਹਨਾਂ 'ਚੋਂ ਵੀ ਲੋਕਾਂ ਨੇ ਬੈਕਆਊਟ ਕਰਨਾ ਸ਼ੁਰੂ ਕਰਤਾ ਸੀ ਤਾਂ ਮੈਂ ਫਿਰ ਵਿਚਕਾਰ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਮੈਂ ਇੰਟਰਸਟਿਡ ਨਹੀਂ ਹਾਂ। ਅਤੇ ਮੇਰੀ ਵਾਈਫ ਦੀ ਫਾਈਲ ਸੀ ਕਿਹੜੀ ਕੰਟਰੀ? ਕੈਨੇਡਾ ਲਈ। ਹਾਂਜੀ, ਇਸ ਸਾਰਾ ਸਾਡਾ ਹਾਂਜੀ ਦਿੱਤਾ ਸੀ। ਹੁਣ ਕੀ ਕਹਿ ਰਹੇ ਨੇ? ਨਾ ਹੁਣ ਜਿੱਦਾਂ ਮਤਲਬ ਕਿ ਮੈਨੂੰ ਪੈਸਾ ਆਇਆ ਵਿੱਚ, ਜਿੱਦਾਂ ਹੁਣ ਮੇਰਾ ਤਕਰੀਬਨ 2 ਲੱਖ ਰੁਪਏ ਆਇਆ ਹੋਣਾ, ਠੀਕ ਹੈ ਜੀ। ਅਤੇ ਉਹ ਬਹੁਤ ਜਿੱਦਾਂ 10,000 ਆ ਗਏ 2 ਮਹੀਨੇ 'ਚ ਇੱਕ ਵਾਰੀ, ਕਈ ਕਦੀਕਦਾਰ 30,000 ਆ ਗਏ, 20,000 ਆ ਗਏ, ਇੱਦਾਂ ਕਰਕੇ ਪੈਸਾ ਮਿਲਦਾ। ਐਕਚੁਲੀ ਬਿਜ਼ਨਸ ਮਾਡਲ ਹੈ, ਇਹਨਾਂ ਨੇ ਲੋਕਾਂ ਤੋਂ ਪੈਸਾ ਚੱਕਣਾ, ਪੈਸਾ ਚੱਕ ਕੇ ਉਹਦਾ ਇੰਟਰਸਟ ਇਹਨਾਂ ਨੇ ਖਾਣਾ ਹੁੰਦਾ, ਠੀਕ ਹੈ ਜੀ। ਅਤੇ ਇਹਨਾਂ ਦਾ ਮੇਨ ਪਰਪਸ ਕੀ ਹੈ ਕਿ ਇੰਟਰਸਟ ਫਰੀ ਪੈਸਾ ਮਿਲਦਾ, ਅਤੇ ਜਦੋਂ ਤੁਹਾਡੇ ਨਾਲ ਇਹ ਡੀਲ ਕਰਨਗੇ ਕਿ ਕਲੋਜ਼ ਕਰਨ ਲਈ, ਅਤੇ ਉਹ ਲੈਸ ਅਮਾਊਂਟ 'ਤੇ ਹੁੰਦੀ ਹੈ, ਕਿਸੇ ਦਾ 1 ਲੱਖ ਰੁਪਏ ਛੱਡ ਕੇ, ਕਿਸੇ ਦਾ 50,000 ਰੁਪਏ ਛੱਡ ਕੇ। ਹਾਂਜੀ, ਮੇਰਾ ਨਾਮ ਰਘਬੀਰ ਸਿੰਘ ਹੈ ਜੀ, ਡਿਸਟ੍ਰਿਕਟ ਗੁਰਦਾਸਪੁਰ ਤੋਂ। ਮੈਂ 2021 ਅਗਸਤ ਦੇ ਵਿੱਚ ਫਾਈਲ ਜਿਹੜੀ ਮੈਂ ਅਪਲਾਈ ਕੀਤੀ ਸੀ ਇਹਨਾਂ ਦੇ ਕੋਲ, ਸੋਸ਼ਲ ਮੀਡੀਆ ਦੇ ਦੁਆਰਾ ਮੈਂ ਆਇਆ ਸੀ ਇਹਨਾਂ ਦੇ ਕੋਲ, ਅਤੇ ਪੈਸਾ ਜਿਹੜਾ ਮੈਂ ਅਕਾਊਂਟ ਰਾਹੀਂ ਆਪਣਾ ਟ੍ਰਾਂਸਫਰ ਕੀਤਾ ਹੋਇਆ ਸੀ, 5.5 ਲੱਖ ਰੁਪਇਆ ਮੈਂ ਟ੍ਰਾਂਸਫਰ ਕੀਤਾ। ਹਾਂਜੀ ਹਾਂਜੀ, ਖੁਦ ਹੀ ਜੀ, ਮੇਰੇ ਮਿਸਿਜ਼ ਦੀ, ਮੇਰੇ ਬੱਚਿਆਂ ਦੀ ਅਤੇ ਮੇਰੀ। ਸਰ ਕੋਈ ਅੱਗੇ ਵੀ ਜੇ ਬਾਇਓਮੈਟ੍ਰਿਕ 'ਤੇ ਆ ਕੇ ਸਾਰਾ ਕੁਛ ਝੂਠੇ ਜਿਹੜੇ ਨੇ ਡਾਕੂਮੈਂਟ ਦਿੱਤੇ ਹੋਏ ਨੇ, ਕੋਈ ਵੀ ਕਾਰਵਾਈ ਨਹੀਂ ਹੋਈ ਝੂਠੇ। ਸਰ ਤੁਹਾਨੂੰ ਪਤਾ ਹੀ ਹੈ, ਹੁਣ ਭਾਅ ਜੀ ਨੇ ਸਾਰਾ ਬਲੇ ਦੱਸਿਆ ਵੀ ਹੈ, ਜੋ ਵੀ ਆ ਕਾਗਜ਼ ਹਰ ਚੀਜ਼ ਜਿਹੜੀ ਹੈ ਝੂਠੀ ਹੈ, ਝੂਠੀ ਜੋ ਜੋਬ ਆਫਰ ਲੈਟਰ ਹੈ,
ਵਕੀਲ ਦੇ ਦੁਆਰਾ ਜਿਹੜੇ ਝੂਠੇ ਲੈਟਰ ਨੇ, ਤੁਹਾਡਾ ਫਲਾਨੀ ਜਗ੍ਹਾ ਤੋਂ ਜੀ ਪੀ ਆਰ ਦਾ ਵੀ ਸਾਰਾ ਕੁਛ ਅਪਰੂਵਲ ਹੋ ਗਿਆ, ਸਿਟੀ ਤੋਂ ਅਪਰੂਵਲ ਹੋ ਗਿਆ, ਲੇਕਿਨ ਹੋਇਆ ਕੁਛ ਨਹੀਂ। ਹਾਂਜੀ ਹਾਂਜੀ, ਮੇਰੇ ਵੀ 15 ਲੱਖ ਰੁਪਇਆ ਜੀ। ਹਾਂਜੀ 15 ਲੱਖ ਰੁਪਇਆ। ਕਿਹੜੀ ਜਗ੍ਹਾ ਤੋਂ? ਅਸੀਂ ਜੀਰੇ ਤੋਂ ਹਾਂ ਜੀ, ਜੀਰੇ ਤੋਂ, ਡਿਸਟ੍ਰਿਕਟ ਫਿਰੋਜ਼ਪੁਰ। ਹਾਂਜੀ, ਕਹਿੰਦੇ ਕੀ ਨੇ ਜੀ? ਕਹਿੰਦੇ ਕਿ ਅਜੇ ਇਹਨਾਂ ਨੇ ਚੈੱਕ ਦਿੱਤੇ ਸਾਨੂੰ ਵਾਪਸ ਬੇਟੇ ਵਾਸਤੇ, ਮੈਂ ਇਹਨਾਂ ਨੇ ਲਵਾਇਆ ਸੀਗਾ ਸਟੂਡੈਂਟ ਵੀਜ਼ੇ ਵਾਸਤੇ ਜਨਵਰੀ ਇਨਟੇਕ 23 ਦਾ, ਫਿਰ ਸਾਨੂੰ ਉਦੋਂ ਬਾਅਦ ਲਾਰੇ ਲਾਈ ਗਏ ਆ, ਅਤੇ ਨਾ ਤਾਂ ਉਹਦਾ ਕੋਈ ਬਾਇਓਮੈਟ੍ਰਿਕ ਆਇਆ, ਨਾ ਕੋਈ ਉਹਦਾ ਮੈਡੀਕਲ ਕਰਾਇਆ। ਇਹਨਾਂ ਨੇ ਸਾਨੂੰ ਇਹਨਾਂ ਨੇ ਦੋ ਚੈੱਕ ਦਿੱਤੇ ਸੀ, ਉਹ ਬਾਊਂਸ ਹੋ ਗਿਆ। ਅਸੀਂ ਜਦੋਂ ਇਹਨਾਂ ਕੋਲ ਵਾਰ ਵਾਰ ਆਉਣੇ ਆ, ਇਹ ਕਹਿ ਦਿੰਦੇ ਤੁਹਾਨੂੰ ਲੱਖ ਲੱਖ ਰੁਪਈਆ ਕਰਕੇ ਤੁਹਾਡੇ ਅਕਾਊਂਟ 'ਚ ਪਾਉਣੇ ਆ, ਨਾ ਸਾਨੂੰ ਕੋਈ ਪੈਸਾ ਮੋੜਦੇ ਆ, ਨਾ ਸਾਡੀ ਕੋਈ ਗੱਲਬਾਤ ਕਰਦੇ ਆ। ਅਸੀਂ ਇਹੀ ਮੰਗ ਕਰਦੇ ਹਾਂ ਸਾਡੇ ਪੈਸੇ ਵਾਪਸ ਜਵਾਈ ਦਾ ਜਾਣ, ਬਸ ਇਹੀ ਆ, ਹੋਰ ਤਾਂ ਕੋਈ ਨਹੀਂ। ਜਾਂ ਇਹਨਾਂ 'ਤੇ FIR ਦਰਜ ਕੀਤੀ ਜਾਵੇ। ਹੁਣ ਅਸੀਂ SSP ਸਾਹਿਬ ਫਿਰੋਜ਼ਪੁਰ ਪੇਸ਼ ਹੋਏ ਸੀਗੇ, ਅਤੇ ਉਹਨਾਂ ਨੇ DSP ਜੀਰਾ ਦੀ ਡਿਊਟੀ ਲਾਈ ਆ, ਉੱਥੋਂ ਸੰਮਨ ਤਮੀਲ ਕਰਾਉਣ ਵਾਸਤੇ ਅਸੀਂ ਅੱਜ ਆਏ ਸੀ, ਅਤੇ ਇਹਨਾਂ ਦੇ ਆਫਿਸ ਵਿੱਚ ਸਾਨੂੰ ਕੋਈ ਮਿਲਿਆ ਹੀ ਨਹੀਂ। ਇਹ ਕਹਿੰਦੇ ਵੀ ਜਿਹੜੇ ਬੰਦੇ ਪਹਿਲੇ ਜੇ ਮਿਲਦੇ ਰਹੇ, ਮੀਨੂ ਸੀ, ਅਖਲ ਸੀਗਾ, ਨਿਖਲ ਸੀਗਾ, ਰਾਜਵੀਰ ਕੌਰ ਲੇਡੀ ਸੀਗੇ, ਕਹਿੰਦੇ ਆ ਜੀ ਉਹ ਇੱਥੋਂ ਜੋਬ ਛੱਡ ਕੇ ਜਾ ਚੁੱਕੇ ਆ। ਜਦੋਂ ਅਸੀਂ ਆਉਣੇ ਆ, ਵਾਰ ਵਾਰ ਨਵੇਂ ਤੋਂ ਨਵਾਂ ਹੀ ਸਾਨੂੰ ਅੱਗੇ ਕੋਈ ਸਟਾਫ ਦਿਖਾਉਂਦੇ ਆ ਇਹ। ਹਾਂਜੀ, ਤਾਂ ਇਮੀਗ੍ਰੇਸ਼ਨ ਸੈਂਟਰ ਹੈ ਇਹ, ਵਾਸ ਇਮੀਗ੍ਰੇਸ਼ਨ, ਚੰਡੀਗੜ੍ਹ ਸੈਕਟਰ 17 ਦਾ, ਜਿੱਥੇ 5 ਤੋਂ 7 ਲੋਕ ਨੇ ਜਿਨ੍ਹਾਂ ਦਾ ਤਕਰੀਬਨ 50 ਲੱਖ ਰੁਪਇਆ ਫਸਿਆ ਹੈ, ਔਰ ਨਾ ਹੀ ਕੋਈ ਬਾਹਰ ਗਿਆ, ਨਾ ਕਿਸੇ ਫਾਈਲ ਕਲੀਅਰ ਹੋਈ, ਪਰ ਕਹਿੰਦੇ ਫਰੋਡ ਹੋਇਆ ਔਰ ਐਲੀਗੇਸ਼ਨ ਲਗਾਏ ਨੇ। SSP ਨੂੰ, ਚੰਡੀਗੜ੍ਹ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਹੈ। ਕੈਮਰਾਮੈਨ ਸੁਖਜਿੰਦਰ ਧਾਲੀਵਾਲ ਨਾਲ ਅਮਨ ਭਾਰਦਵਾਜ, ਨਿਊਜ਼ 18 ਚੰਡੀਗੜ੍ਹ।